जय मो
छोटी तिन्ने पार
दूजी नारी जा सो करे सो करे जे किसे रजाए ना हम किया ना करेंगे सो करे जे किसे रजाए किता करना सर्व किछ कीचे जे कर सकी है किछ कीचे पंच का प्राप्त कर तुद सिष्ट सब साजी कोई छेवा करे हो किछ कीचे जे कर सकी है खूबसूरत ढंग नाल पिछले लगातार चल रहे उस आशय प्रोढ़ता मिल गई पीछे भी लगातार कुछ हफ्ते तो बाबा कबीर जी दी विचार इसे विषय पे चल रही है कि तू अपनी होंद आपा मिटा आप गवाई है ता सब पाई और कैसी चतराई आपा गवा बाबा कबीर इस गल बार बार किसे न किसे ढंग नाल फिर स्पष्ट कर रहे ने कि आपा गवाना है अपनी सोच अपनी होंद ते निर्भर ना हो तेनू ये होमे ना होवे कि मैं भी हाँ मेरी भी होंद है मैं भी कुछ कर सकता बार बार कई श्लोकों में पिछले में एक सब्जेक्ट चल रहा है आज उस बड़े खूबसूरत ढंग नाल एक प्रोड़ता देंदे ने मोड़ कैसा मोड़ते ने कहते भी मनुख का एक सुभाव है आदत है ये चाहता करे कोई तो ना मेरा हो मनुख दे सुभाव काम कोई करे वाह वाह मेनू मिले ये गल सिर्फ संसार लई नहीं ये विच ये गल ये सुभाव मनुख दा किते दुनिया च नहीं वरतदा रब दे घर विच भी वरतदा है देखो कि जदीद कहते हैं सुभा केवल संसार में ही अंदर नहीं वरतदा निरंकार के सामने भी यह सुभा लेके जाता कहता काम तू कर ना मेरा हो जे भी चंगे काम हो मैं अक्सर कह लो मैं किते ने अरदास भावे अंदर खलो के तेरे अगे कर जावा भावे मैनु अपने आप ते भरोसा ना हो तेरे अगे जलड़ियां कढ लवा अरदासा कर लवा पर चाहता यह है भी जे काम हो जाए ते मैं आखा मैं कीता है मनुख दा सुभाव है पर इत्थे बाबा कबीर जी ने इन्दे इस सुभाव नूं चैलेंज किया
ਕਹਿੰਦੇ ਨੇ ਤੂੰ ਖੁਦ ਕਰ ਸਕਦਾ ਐ ਮੈਂ ਨਾ ਹੀ ਕਰਾਉਣਾ ਲੈ ਕੁਝ ਕਰਕੇ ਵੀ ਦਿਖਾ ਹੁਣ ਬਾਬਾ ਕਬੀਰ ਇਸ ਗੱਲ ਨੂੰ ਉਸ ਰੂਪ ਵਿੱਚ ਨਹੀਂ ਲੈਂਦੇ ਸਾਡੇ ਵਿੱਚ ਤੇ ਬਾਬੇ ਕਬੀਰ ਵਿੱਚ ਇਹੋ ਤਾਂ ਫਰਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਕਬੀਰ ਨੂੰ ਜੇ ਥਾਂ ਮਿਲੀ ਹੈ ਤੇ ਉਹਦੇ ਸਾਹਮਣੇ ਅਸੀਂ ਜੇ ਸਿਰ ਝੁਕਾ ਰਹੇ ਹਾਂ ਤੇ ਕੋਈ ਫਜ਼ੀਲਤ ਹੈ ਕੋਈ ਮਹਾਨਤਾ ਹੈ ਨਾ ਉਹਦੀ ਵਿਚਾਰਧਾਰਾ ਵਿੱਚ ਉਹ ਕਹਿੰਦਾ ਨਹੀਂ ਦੁਨੀਆਂ ਦੇ ਲੋਕ ਇਹ ਕਹਿੰਦੇ ਨੇ ਮੈਂ ਕੁਝ ਕੀਤਾ ਕਰੇ ਭਾਵੇਂ ਕਰਾਏ ਭਾਵੇਂ ਰੱਬ ਕੋਲ ਆਖਦਾ ਮੈਂ ਕੁਝ ਕੀਤਾ ਚਾਹੁੰਦਾ ਨਾ ਮੇਰਾ ਹੋਵੇ ਪਰ ਬਾਬਾ ਕਬੀਰ ਇਸ ਦੇ ਉਲਟ ਸੋਚਦਾ ਉਹ ਸੰਸਾਰ ਵਾਂਗੂ ਦੁਨੀਆਂ ਦੇ ਸਾਡੇ ਤੁਹਾਡੇ ਵੱਲ ਨਹੀਂ ਸੋਚਦਾ ਉਹ ਕਹਿੰਦੇ ਜੇ ਕੋਈ ਕੰਮ ਹੋ ਜਾਏ ਨਾ ਤੇ ਲੋਕ ਭਾਵੇਂ ਇਹ ਆਖ ਹੀ ਜਾਣ ਕਬੀਰ ਨੇ ਕੀਤਾ ਕਬੀਰ ਨੇ ਕੀਤਾ ਬੜਾ ਮਹਾਨ ਹੈ ਕਬੀਰ ਪਰ ਕਬੀਰ ਕਹਿੰਦਾ ਮੇਰੇ ਮਨ ਵਿੱਚ ਕਦੇ ਇਹਨੂੰ ਕਹਿੰਦੇ ਨੇ ਹੋਂ ਖਤਮ ਕਰਨੀ ਗੁਰੂ ਸਾਹਿਬ ਨੇ ਆਪਾਂ ਰੋਜ਼ ਪੜ੍ਹਨੇ ਕਰਮ ਕਰਤ ਹੋਵੇ ਨੇ ਕਰਮ ਇਸ ਦਰਸ਼ਨ ਨੂੰ ਕਰ ਨਿਰਮਲ ਧਰਮ ਨਿਰਮਲ ਧਰਮ ਕੀ ਹੈ ਮਨੁੱਖ ਕੰਮ ਕਰਕੇ ਵੀ ਹੋਮੇ ਨਾ ਕਰੇ ਆਖੇ ਨਾ ਮੈਂ ਕੁਝ ਕੀਤਾ ਇੱਥੋਂ ਤੱਕ ਕਿ ਜੇ ਉਹ ਆਪਣੀ ਜ਼ਿੰਮੇਵਾਰੀ ਮਹਿਸੂਸ ਕਰੇਗਾ ਮੈਂ ਕੁਝ ਕੀਤਾ ਤਾਂ ਫਿਰ ਉਹਦਾ ਫਲ ਵੀ ਚਾਹੇਗਾ ਜੇ ਮੈਂ ਕੁਝ ਕੀਤਾ ਤਾਂ ਮੈਨੂੰ ਉਹਦੀ ਰਿਟਰਨ ਵੀ ਮਿਲਣੀ ਚਾਹੀਦੀ ਫਲ ਵੀ ਮਿਲਣਾ ਚਾਹੀਦਾ ਇਸੇ ਲਈ ਆਪਾਂ ਸੁਖਮਣੀ ਸਾਹਿਬ ਦੀ ਅਗਲੀ ਲਾਈਨ ਨੂੰ ਪੜ੍ਹ ਲਈਏ ਨਾਲ ਕਹਿੰਦੇ ਨੇ ਦੋਨੋਂ ਗੱਲਾਂ ਨਾਲ ਜੋੜ ਕੇ ਪੜ੍ਹੋ ਕਰਮ ਕਰਤ ਹੋਵੇ ਨਾ ਕਰਮ ਤਿਸ ਵੈਸ਼ਨੂ ਕਾ ਨਿਰਮਲ ਧਰਮ ਅਗਲੀ ਕੀ ਹੈ ਕਾਹੂ ਫਲ ਕੀ ਇੱਛਾ ਨਹੀਂ ਬਚੇ ਫਲ ਕੀ ਰਿਟਰਨ ਮੈਨੂੰ ਇਸ ਚੀਜ਼ ਦਾ ਕੰਮ ਕਰਨ ਦਾ ਕੀ ਫਲ ਮਿਲਿਆ ਮੈਂ ਆਹ ਕੰਮ ਕੀਤਾ ਸੀ ਮੈਨੂੰ ਕੀ ਫਲ ਮਿਲੇ ਫਲ ਦਾ ਮਤਲਬ ਹੈ ਉਹਦੀ ਕੀਮਤ ਰਿਟਰਨ ਜਦੋਂ ਤੂੰ ਇਹ ਸੋਚਣਾ ਮੈਂ ਕੁਝ ਕੀਤਾ ਤੇ ਉਹਦੀ ਰਿਟਰਨ ਵੀ ਚਾਹੁੰਦਾ ਤੇ ਜੇ ਤੂੰ ਆਖੇ ਮੈਂ ਕੁਝ ਕੀਤਾ ਹੀ ਨਹੀਂ ਰਿਟਰਨ ਵੀ ਆਪੇ ਮੁੱਕ ਜਾਏਗੀ ਤੇ ਮੈਂ ਕੁਝ ਕੀਤਾ ਹੀ ਨਹੀਂ ਤੇ ਮੰਨਾਂ ਕਿ ਇਸ ਲਈ ਹੁਣ ਦੋਵਾਂ ਲਾਈਨਾਂ ਨੂੰ ਸੁਖਮਣੀ ਸਾਹਿਬ ਦੇ ਅਸੀਂ ਰੋਜ਼ ਪੜ੍ਹਦੇ ਹੁਣ ਇਹਨਾਂ ਦੋਵਾਂ ਲਾਈਨਾਂ ਨੂੰ ਇਕੱਠੀਆਂ ਕਰਕੇ ਵੇਖ ਕਰਮ ਕਰ ਦੋਵੇ ਨੇ ਕਰਮ ਇਸ ਵੈਸ਼ਨਵ ਕਾ ਨਿਰਮਲ ਧਰਮ ਕਾਹੋਂ ਫਲ ਕੀ ਇੱਛਾ ਨਹੀਂ ਬਚਦਾ ਕਦੀ ਵਾਸ਼ਨਾ ਵੀ ਨਾ ਪੈਦਾ ਹੋਵੇ ਇੱਛਾ ਹੀ ਨਾ ਪੈਦਾ ਹੋਵੇ ਕਿ ਮੈਂ ਇਹਦਾ ਫਲ ਮੈਨੂੰ ਮਿਲੇ ਕਿਉਂਕਿ ਮੈਂ ਤਾਂ ਕੁਝ ਕੀਤਾ ਹੀ ਨਹੀਂ ਫਲ ਮੈਨੂੰ ਕੀ ਮਿਲੇ ਹੁਣ ਇੱਥੇ ਬਾਬਾ ਕਬੀਰ ਵੀ ਉਹ ਗੱਲ ਕਹਿ ਰਹੇ ਇੱਕ ਚੈਲੰਜ ਕੀਤਾ ਗੁਰੂ ਨੇ ਬਾਣੀ ਵਿੱਚ ਕਹਿਣ ਲਿਆ ਕੰਚ ਤਤ ਕਰ ਖੁਦ ਸ੍ਰਿਸ਼ਟ ਸਭ ਸਾਜੀ ਇਸ ਮਾਲਕ ਨੇ ਪੰਜ ਤਤ ਬਣਾਏ ਉਹਦੇ ਤੋਂ ਸ੍ਰਿਸ਼ਟੀ ਬਣਾ ਦਿੱਤੀ ਉਹਨੇ ਪੰਜ ਬਣਾਏ ਤੂੰ ਇੱਕ ਬਣਾ ਕੇ ਵਿਖਾ ਛੇਵਾਂ ਹੀ ਪੈਦਾ ਕਰ ਦੇ ਪੰਚ ਤਤ ਤੁਦ ਸ੍ਰਿਸ਼ਟ ਸਭ ਸਾਜੀ ਕੋਈ ਛੇਵਾ ਕਰੇ ਕੋਈ ਛੇਵਾ ਕਰੇ ਜੇ ਕਿਛ ਕੀਤਾ ਹੋਵੇ ਜੇ ਤੇਰਾ ਕੀਤਾ ਵੀ ਕੁਝ ਹੋ ਸਕਦਾ ਤੂੰ ਸਮਝਣਾ ਮੈਂ ਵੀ ਕੁਝ ਕਰ ਸਕਣਾ ਤੇ ਉਹਨੇ ਪੰਜ ਤੱਤ ਬਣਾਏ ਨੇ ਤੂੰ ਇੱਕ ਛੇਵਾਂ ਹੀ ਬਣਾ ਦੇ ਪਰ ਜੇ ਤੂੰ ਇੱਕ ਛੇਵਾਂ ਨਾ ਬਣਾ ਸਕੇ ਤੇ ਫਿਰ ਤੂੰ ਆਖੇ ਨਾ ਮੇਰਾ ਹੋਵੇ
मैनू लोग आखिर बड़ा महान, बड़ा महान है। उन्हें हथ ख्याल देंगे कहते हार के या कीता करना सर्व जाए किछ की जय जे कर सकी है अपना कीता कछु न होए अपना कीता कछु न होए जो हर भावे तो रखी है मेरे हर जियो सब को तेरे वस मेरे हर जियो सब को तेरे वस असां जोर नाही असां जोर नाही जे किछ कर हम सके खलो जाना कोई होर गल है इस तो अगली नाल गल समझना हो मनुख कुल जोर नहीं कुछ अपनी मर्जी नाल जे छेवां तां ते एक नहीं बना सकता क्योंकि दुनिया अंदर जिन्ने भी मनुख ने संसार दे भावें बादशाह है वह भी कोई कमी लई बैठा है जिहड़ी कमी उहदे वस दी गल नहीं वह आप पूरी नहीं कर सकता हर किसे नूं कोई घाट प्रतीत हुंदी है जीवन विच जिंदी पूर्ति लिए सारी जिंदगी संघर्ष करता रहता है इसका मतलब वो संघर्ष साबित करता है कि तेरे वास विच नहीं पर मनदा बिल्कुल नहीं कि मेरे वास कुछ नहीं मनदा बिल्कुल नहीं बाबा कबीर ने हैरान कर दिता आलोक कह लगे ना हम किया ना कर करेंगे ना कर सकते शरीर क्या जानो कुछ हार किया ऐसे एक रुकना इंदा मतलब कुछ होया है जेड़ा कबीर ने नहीं किया कुछ होया है। एक बार एक शब्द आया सी जिंदी लाइट सी सहज सुभाए आपन आए कछु न जानो कछु दिखाए सहज मेरे घर कोई आ गया मैं जानता नहीं सह कौन है पछाणदा भी नहीं सह पर मैं कुछ देखिया कि जदों पछाणिया पता लगा तो प्रभु है आपे ही आ गए आया क्यों है क्योंकि मेरे अंदर एक हों नहीं सी पर मिले हो सुख बाले पोरे बाला पोला के मुख कहते जिंदे विच हों ना कुछ भी ओ समझे मैं कुछ भी नहीं पर मिले हो सुख बाले पोरे हुण इत्थे देखो इहदा मतलब कुछ हो जाता है पर जिहड़ा काम हो जाए मनुख उनका क्रेडिट आप लेना चाहता है इस बार उन्हें पता भी होगा ना मैं कीता नहीं पता हो मैं कीता नहीं पर हो गया उनका क्रेडिट वो आप लेना चाहता है प्रभु करता है क्योंकि कर्म कारण सम्राट ऐसी जानते हैं साड़ी इस विचारधारा ने बड़िया मनघड़त कहानियां घट लई बड़िया मनघड़त कहानियां आम जीवन के मुताबिक चाहिए तो यह सी ना
कि मनुख जेड़ा रब दा चाकर हुंदा। हम चाकर गोविंद के गुरबाणी बार बार कह रही उनका चाकर बन उनका सेवक बन चाहिदा तां इह सी ना मनुख रब दा चाकर हुंदा। पर मनुख ने उस गल नूं ज्यादा तरजीह दित्ती उन्हूं ज्यादा महान समझिया उस कहानी नूं जिंदे विच रब दा चाकर नहीं रब नूं चाकर किसे ने बना लिया है। मनुख चाहुंदा इस सोच जिहड़ी है ओह बिल्कुल हुण जिन्नियां कहानियां असीं महान का बना के कढ़ियां हालांकि साडियां मनघड़त कहानियां ने गुरबाणी विच नहीं गुरबाणी विच बिल्कुल नहीं। ਅਤੇ ਉਹ ਮਹਾਨ ਕਿਉਂ ਕਿਵੇਂ ਬਣ ਗਈਆਂ ਕਿਉਂਕਿ ਉਹਦੇ ਵਿੱਚ ਅਸੀਂ ਰੱਬ ਦੇ ਚਾਕਰ ਨਹੀਂ ਰੱਬ ਸਾਡਾ ਚਾਕਰ ਹੈ ਕੰਮ ਉਹ ਕਰ ਰਿਹਾ ਨਾ ਸਾਡਾ ਹੋ ਰਿਹਾ। ਹੁਣ ਧਰਨੇ ਦੀ ਕਹਾਣੀ ਬਣਾ ਲਈ ਧਰਨੇ ਦੀ ਕਹਾਣੀ ਬਣਾ ਲਈ ਅਤੇ ਉਹਦੀ ਮਹਾਨਤਾ ਕੀ ਬਣਾਈ ਕਿ ਨਿਰਾ ਉਹਨੂੰ ਰੋਟੀ ਖਾਏ ਛਾਹ ਮੂੰਹ ਲਾਵੇ ਨਹੀਂ ਵੀ ਉਹਨੂੰ ਰੋਟੀ ਖਵਾਈ ਫਿਰ ਤਾਂ ਚੱਕਰ ਰਹਿ ਗਿਆ ਆਪ ਜੇ ਭਾਈ ਗੁਰਦਾਸ ਜੀ ਦੇ ਕਹਿਣ ਵਾਂਗੂ ਉੱਥੇ ਹੀ ਰੁਕ ਜਾਂਦੇ ਤਾਂ ਫਿਰ ਧਰਨਾ ਸੇਵਕ ਬਣ ਗਿਆ ਸੀ। ਹਾਲਾਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਹੈ ਭਗਤ ਧਰਨਾ ਜੀ ਦੀ ਕਿਸੇ ਵੀ ਉਸ ਸ਼ਬਦ ਵਿੱਚ ਇਹਨਾਂ ਕਹਾਣੀਆਂ ਦਾ ਜ਼ਿਕਰ ਨਹੀਂ। ਹੱਡ ਬੀਤੀ ਹੋਵੇ ਭਗਤ ਧੰਨਾ ਦੀ ਤੇ ਭਗਤ ਧੰਨਾ ਆਪਣੀ ਜ਼ਬਾਨ ਤੋਂ ਨਾ ਲਿਖਣ ਜ਼ਿਕਰ ਨਹੀਂ ਕੀਤਾ। ਭਾਈ ਗੁਰਦਾਸ ਨੇ ਵੀ ਰੋਟੀ ਖਾਏ ਛਾਏ ਮੂੰਹ ਲਾਵੇ ਤੱਕ ਕੀਤਾ ਉਹਦਾ ਭਾਵ ਗੋਬਿੰਦ ਬਿਲਾਵੇ ਰੋਟੀ ਤੇ ਲੱਸੀ ਲੱਸੀ ਰੋਟੀ ਤੇ ਲੱਸੀ ਸਾਹਮਣੇ ਲੈ ਗਿਆ ਖਵਾਉਣਾ ਚਾਹੁੰਦਾ ਚਲੋ ਉਹ ਇੱਕ ਪੱਕ ਭਗਤ ਦਾ ਖਵਾਉਣਾ ਚਾਹੁੰਦਾ ਅਤੇ ਜ਼ਿੱਦ ਕਰਕੇ ਬਹਿ ਗਿਆ ਜੇ ਤੂੰ ਨਹੀਂ ਖਾਂਦਾ ਮੈਂ ਵੀ ਨਹੀਂ ਖਾਂਦਾ ਉਹ ਵੀ ਮੂੰਹ ਨਾ ਜੁਟਾਲ ਸਾਂ ਤੂੰ ਰੁੱਠਾ ਮੈਂ ਕਿਹੋ ਨਾ ਸੁਖਾ ਵੇ ਜੇ ਤੂੰ ਮੇਰੇ ਨਾਲ ਰੁੱਸ ਗਿਆ ਤੂੰ ਮੇਰੇ ਕਹਿ ਮੇਰੀ ਬੇਨਤੀ ਤੇ ਛਕਦਾ ਨਹੀਂ ਅਤੇ ਮੈਂ ਜੇ ਤੂੰ ਰੁੱਸਿਆ ਹੋਵੇ ਤਾਂ ਮੈਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਮੇਰਾ ਕੋਈ ਵੀ ਸੁੱਖ ਨਹੀਂ ਤੂੰ ਰੁੱਠਾ ਮੈਂ ਕਿਹੋ ਨਾ ਸਿਖਾ ਤੇ ਮੈਂ ਕਿਸੇ ਵੀ ਸੇਵਾ ਪਾਣਾ ਪੈਂਦਾ ਪਰ ਅਸੀਂ ਇੱਥੇ ਨਾ ਖੜੋਤੇ ਅਸੀਂ ਆਖਿਆ ਉਹ ਨਹੀਂ ਦੇਰ ਕਾਹਦੀ ਗੱਲ ਹੋਈ ਜਿੰਨੀ ਦੇਰ ਰੱਬ ਨੂੰ ਧੰਨੇ ਦਾ ਚਾਕਰ ਨਹੀਂ ਬਣਾ ਲਿਆ ਗੱਲ ਅਸੀਂ ਇਸ ਤੋਂ ਅੱਗੇ ਜਿਹੜੀ ਗੱਲ ਗੁਰਬਾਣੀ ਵਿੱਚ ਵੀ ਨਹੀਂ ਸੀ ਜਿਹੜੀ ਗੱਲ ਭਾਈ ਗੁਰਦਾਸ ਨੇ ਵੀ ਨਹੀਂ ਸੀ ਕਹਾਣੀ ਪਰ ਉਹਨਾਂ ਨੇ ਜ਼ਿਕਰ ਨਹੀਂ ਸੀ ਅਸੀਂ ਉਹ ਕੱਟ ਦਿੱਤਾ ਵੀ ਖੂਹ ਦੀ ਗਾਦੀ ਤੇ ਬੈਠਾ ਹੋਇਆ ਹਰਾ ਖੂਹ ਪਿਆ ਚਲਾਉਂਦਾ ਗੋਡੀਆਂ ਪਿਆ ਕਰਦਾ ਹੈ ਹਲ ਪਿਆ ਵਾਹੁੰਦਾ ਵਾਢੀਆਂ ਪਿਆ ਕਰਦਾ ਹੈ ਧਰਨਾ ਬੈਠਾ ਇਹ ਕੰਮ ਹੋ ਹੀ ਜਾਂਦਾ ਜੋ ਉਹਨੂੰ ਕੀ ਲੋੜ ਹੈ ਕਰਨ ਦੀ ਰੱਬ ਜੂ ਚੱਕਰ ਬਣ ਗਏ ਅਸੀਂ ਆਪਣੀ ਵਡਿਆਈ ਉਸ ਗੱਲ ਵਿੱਚ ਸਮਝਦੇ ਹਾਂ ਜਿਸ ਕਹਾਣੀ ਵਿੱਚ ਇਹ ਸਾਬਤ ਕੀਤਾ ਜਾਏ ਕਿ ਕੰਮ ਕੋਈ ਕਰੇ ਤੇ ਨਾ ਮੇਰਾ ਹੋਵੇ ਅਸੀਂ ਰੱਬ ਦੇ ਰਸਤਿਆਂ ਵਿੱਚ ਵੀ ਉਹਦੀਆਂ ਕਹਾਣੀਆਂ ਘੜ ਲਈਆਂ ਇੱਕ ਨੇ ਅਨੇਕਾਂ ਘੜੀਆਂ ਕਬੀਰ ਜੀ ਦੇ ਨਾਲ ਵੀ ਇਹੋ ਜਿਹੀ ਸਮਾਂ ਅਸੀਂ ਜਦੋਂ ਇਸ ਗੱਲ ਨੂੰ ਦੇਖਣਾ ਹੋਵੇ ਨਾ ਤਾਂ ਭਗਤ ਮਾਲ ਤੇ ਉਹਦੀਆਂ ਕਹਾਣੀਆਂ ਦਾ ਇੱਕ ਬੜਾ ਵੱਡਾ ਪਲੰਦਾ ਹੈ ਬਲਕਿ ਅੱਜ ਕੱਲ੍ਹ ਅੱਜ ਦੇ ਸਮੇਂ ਅੰਦਰ ਜਾਗਰਤ ਸਮੇਂ ਅੰਦਰ ਜਦੋਂ ਹਰ ਚੀਜ਼ ਦੀ ਪੜਚੋਲ ਅਤੇ ਧਰਮ ਦੇ ਰੋਸ਼ਨੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰੋਸ਼ਨੀ ਵਿੱਚ ਪੜਚੋਲ ਹੋ ਰਹੀ ਚੰਗੀ ਗੱਲ ਤਾਂ ਪਤਾ ਲੱਗ ਰਿਹਾ ਹੈ ਕਿ ਇਤਿਹਾਸਕ ਗ੍ਰੰਥ ਅਤੇ ਇਤਿਹਾਸ ਜਿਹੜੇ ਨੇ ਉਹ ਸਾਡੇ ਜੇ ਕਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਰੋਸ਼ਨੀ ਵਿੱਚ ਦੇਖੀਏ ਤਾਂ
90% ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਮੇਲ ਖਾਂਦੇ ਨੇ ਕਿਤੇ ਭਗਤ ਬਾਲ ਲੈ ਲਓ, ਕਦੀ ਕਿਸੇ ਨੇ ਪੜ੍ਹੀਆਂ ਹੋਣ, ਉਹਨਾਂ ਹਰ ਗੁਰਬਾਣੀ ਦੇ ਸ਼ਬਦ ਨੂੰ ਇੱਕ ਕਹਾਣੀ ਨਾਲ ਜੋੜਿਆ, ਕਹਾਣੀ ਨਾਲ ਜੋੜਿਆ। ਤੇ ਬਾਬਾ ਕਬੀਰ ਜੀ ਦੇ ਇਸ ਸਲੋਕ ਨੂੰ ਵੀ ਉਹਨਾਂ ਕਹਾਣੀ ਨਾਲ ਜੋੜਿਆ ਕਿ ਬ੍ਰਾਹਮਣ ਈਰਖਾਵਾਦੀ ਸੀ ਉਹ ਜਿਹਦਾ ਪਰਮਾਤਮਾ ਵਾਲਾ ਲਿਖਦਾ, ਬ੍ਰਾਹਮਣ ਈਰਖਾਵਾਦੀ ਸੀ ਉਹਨੇ ਬਾਬਾ ਕਬੀਰ ਨੂੰ ਬਦਨਾਮ ਕਰਨ ਵਾਸਤੇ ਦੂਰ ਦੁਰਾਡੇ ਸਾਧਾ ਮਹਾਤਮਾ ਦੇ ਡੇਰਿਆਂ ਤੇ ਆਸ਼ਰਮਾਂ ਵਿੱਚ ਸੁਨੇਹ ਭੇਜ ਦਿੱਤੇ, ਕਬੀਰ ਦੇ ਘਰ ਬ੍ਰਹਮ ਭੋਜ ਹੈ, ਅੱਜ ਫਲਾਣੇ ਦਿਨ ਉੱਥੇ ਭੋਜਨ ਛਕਣ ਆਇਓ। ਲਾਈਨਾਂ ਲੱਗ ਗਈਆਂ, ਲਾਈਨਾਂ ਲੱਗ ਗਈਆਂ। ਬਾਬਾ ਕਬੀਰ ਨੂੰ ਵੀ ਪਤਾ ਲੱਗਾ, ਕਹਿਣ ਲੱਗਾ ਮੇਰੇ ਘਰ ਲੋਕ ਆ ਜਾਣ, ਮੇਰੇ ਕੋਲ ਤਾਂ ਕੋਈ ਤਿਆਰੀ ਨਹੀਂ, ਕਹਾਣੀ ਕਰ ਲਿਖਦਾ, ਮੇਰੀ ਤਾਂ ਕੋਈ ਤਿਆਰੀ ਨਹੀਂ। ਉਹ ਸ਼ਰਮਿੰਦਗੀ ਤੋਂ ਬਚਣ ਵਾਸਤੇ ਘਰ ਛੱਡ ਕੇ ਜੰਗਲ ਵਿੱਚ ਚਲਾ ਜਾਂਦਾ ਨਾਮ ਦੇ ਪਰਿਵਾਰ, ਪ੍ਰਭੂ ਨਾਲ ਜੁੜਦਾ, ਉਹ ਤਾਂ ਪ੍ਰਭੂ ਨਾਲ ਜੁੜਦਾ। ਘਰ ਵਿੱਚ ਬ੍ਰਹਮ ਭੋਗ ਸ਼ੁਰੂ ਹੋ ਗਿਆ। ਹੁਣ ਦੇਖੋ ਕਹਾਣੀਕਾਰ ਕਿਸ ਤਰ੍ਹਾਂ ਰੱਬ ਦੀ ਵਰਤੋਂ ਕਰਦਾ ਹੈ। ਘਰ ਵਿੱਚ ਬ੍ਰਹਮ ਭੋਗ ਸ਼ੁਰੂ ਹੋ ਗਿਆ, ਹਜ਼ਾਰਾਂ ਬ੍ਰਾਹਮਣ ਵੀ ਆਏ, ਲੋੜਵੰਦ ਵੀ ਆਏ, ਸਾਧੂ ਮਹਾਤਮਾ ਵੀ ਆਏ, ਸਭ ਤਰ੍ਹਾਂ ਤਰ੍ਹਾਂ ਦੇ ਭੋਜਨ ਮਿਲਦੇ ਗਏ। ਸਾਰੇ ਕਬੀਰ ਦੀ ਉਪਮਾ ਕਰਦੇ ਵੀ ਮਹਾਨ ਹੈ ਕਬੀਰ, ਇੰਨਾ ਸਧਾਰਨ ਕੰਮ ਕਰਦਾ ਹੋਇਆ ਇੰਨਾ ਵੱਡਾ ਬ੍ਰਹਮ ਭੋਜ ਕਰੀ ਜਾਂਦਾ, ਇੱਥੇ ਕੋਈ ਭੁੱਖਾ ਨਹੀਂ ਜਾ ਰਿਹਾ। ਇਸ ਕਿਸਮ ਦੇ ਸਵਾਦਲੇ ਭੋਜਨ ਤਾਂ ਕਦੀ ਆਮ ਸਾਡੀ ਛਕਣ ਵਿੱਚ ਆਏ ਨਹੀਂ ਜਿਹੜੇ ਇੱਥੇ ਮਿਲ ਰਹੇ ਨੇ। ਪ੍ਰਸ਼ਾਦ ਛੱਡ ਕੇ ਕਬੀਰ ਦੀ ਉਪਮਾ ਕਰਦੇ ਜਾਂਦੇ ਨੇ। ਭਗਤ ਮਾਨ ਵਾਲਾ ਇਹ ਲਿਖਦਾ ਹੈ ਕਰਦੇ ਜਾਂਦੇ, ਕਬੀਰ ਵੀ ਕੁਛ ਸਮਾਂ ਉਡੀਕੇ ਵੀ ਚਲੋ ਆਪੇ ਮੁੜ ਗਏ ਹੋਣਗੇ। ਜਦੋਂ ਘਰ ਤੁਰਿਆ ਆਉਂਦਾ ਤੇ ਕੁਛ ਸਾਧੂ ਮਹਾਤਮਾ ਧੰਨ ਕਬੀਰ ਧੰਨ ਕਬੀਰ ਕਹਿੰਦੇ ਚਲੇ ਜਾਂਦੇ, ਉਹ ਪੁੱਛਦਾ ਖਲੋ ਕੇ ਕਹਿੰਦਾ ਭਰੇ ਹੋ ਤੁਸੀਂ ਕਬੀਰ ਨੂੰ ਧੰਨ ਧੰਨ ਕਿਉਂ ਪਾਇਆ, ਉਹਦੀ ਉਪਮਾ ਕਿਉਂ ਕਰ ਰਹੇ ਹੋ। ਉਹ ਕਹਿੰਦੇ ਤੈਨੂੰ ਨਹੀਂ ਪਤਾ ਜਾਂ ਕਿਵੇਂ ਕਬੀਰ ਦੇ ਘਰ ਬ੍ਰਹਮ ਭੋਜ ਲੱਗਾ ਹੋਇਆ, ਤੂੰ ਵੀ ਜਾ ਜੇ ਲੋੜ ਹੈ ਜਾਂ ਪਛਾ ਸਕਦਾ। ਸਾਖੀ ਲਿਖਣ ਵਾਲਾ ਭਗਤ ਮਾਲ ਵਾਲਾ ਉੱਥੇ ਇਸ ਦੁੱਖ ਨੂੰ ਜੋੜਦਾ ਹੈ। ਬਾਬਾ ਕਬੀਰ ਜੀ ਦੀ ਇਸ ਲਾਈਨ ਨੂੰ ਇੱਥੇ ਜੋੜਦਾ, ਕਬੀਰ ਨਾ ਹਮ ਕੀਆ ਨਾ ਕਰੇਂਗੇ, ਕਬੀਰ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ ਕਬੀਰ ਦੀ ਤਾਂ ਹੈ ਨਹੀਂ, ਕਬੀਰ ਤਾਂ ਇਹ ਨਹੀਂ ਚਾਹੁੰਦਾ ਕਿ ਰਹਿਮਤ ਗੁਰੂ ਦੀ ਹੋਵੇ, ਰਹਿਮਤ ਰੱਬ ਦੀ ਹੋਵੇ ਤੇ ਨਾ ਕਬੀਰ ਦਾ ਹੋਵੇ। ਇਹ ਬਾਬਾ ਕਬੀਰ ਦੀ ਸੋਚ ਕਬੀਰ ਦੀ ਨੇ, ਇਸੇ ਲਈ ਉਹਨੇ ਪਹਿਲੀ ਲਾਈਨ ਵਿੱਚ ਹੀ ਕਹਿ ਦਿੱਤਾ ਨਾ ਹਮ ਕੀਆ ਨਾ ਕਰੇ। ਪਰ ਅੱਜ ਦੇ ਮਨੁੱਖ ਦੀ ਸੋਚ ਇਹ ਨਹੀਂ। ਪਹਿਲਾ ਸ਼ਲੋਕ ਕਹਿੰਦੇ ਨੇ ਉਹ ਰੱਬ ਨਾਲ ਪ੍ਰਭੂ ਨਾਲ ਇੰਨਾ ਸਮਰਪਿਤ ਹੈ, ਇੰਨਾ ਸਮਰਪਿਤ ਹੈ ਉਹ
ਕਹਿੰਦਾ ਹੈ ਵੀ ਜੇ ਪ੍ਰਭੂ ਕਰੇ ਤੇ ਨਾ ਮੇਰਾ ਹੋਵੇ ਕਿਉਂ ਨਾ ਮੈਂ ਸਪਸ਼ਟ ਕਰਾਂ, ਮੈਂ ਕੁਛ ਨਹੀਂ ਕਰਨ ਦਿਓਗਾ, ਕਰਮ ਕਰਤਾ ਹੋਵੇ ਨੇ ਕਰਮ, ਜਦੋਂ ਮੇਰੇ ਹੱਥ ਵਿੱਚ ਹੀ ਕੁਝ ਨਹੀਂ, ਕਹੋ ਮਾਨਕ ਤੇ ਕਿਆ ਹੋਇਆ ਵੇ, ਜੋ ਤਿਸ ਭਾਵੇ ਸੋਈ ਕਰਾਵੇ, ਇਸਕੇ ਹੱਥ ਹੋਏ ਤਾਂ ਸਭ ਕੁਛ ਲਈ, ਜੇ ਕਦੀ ਇਹਦੀ ਮਰਜ਼ੀ ਚਲਦੀ ਹੋਵੇ, ਇਹਦੇ ਆਪਣੇ ਹੱਥ ਵਿੱਚ ਹੋਵੇ ਕੁਛ ਕਰਨਾ ਤੇ ਦੁਨੀਆਂ ਦੇ ਸਾਰੇ ਪਦਾਰਥ ਆਪਣੀ ਮੁੱਠੀ ਵਿੱਚ ਕਰ ਲਵੇ, ਕਿਸੇ ਜੋਗਾ ਕੁਝ ਨਾ ਛੱਡੇ, ਇਸਕੇ ਹੱਥ ਹੋਏ ਤਾਂ ਸਭ ਕੁਛ ਲਏ, ਪਰ ਇਹਦੇ ਹੱਥ ਹੀ ਕੁਝ ਨਹੀਂ, ਜੋ ਇਸ ਭਾਵੇ ਸੋਈ ਕਰੇ, ਤੇ ਜਦੋਂ ਇਹਦੇ ਹੱਥ ਕੁਝ ਨਹੀਂ, ਸਭ ਕੁਝ ਉਹਦੇ ਹੱਥ ਵਿੱਚ ਹੈ, ਤੇ ਇਹ ਕਿਉਂ ਆਖੇ ਮੈਂ ਵੀ ਕੁਝ ਕਰ ਸਕਣਾ, ਐਥੇ ਬਾਬਾ ਕਬੀਰ ਕਹਿੰਦਾ ਕਹਿੰਦੇ ਜਦੋਂ ਹੱਥ ਵਿੱਚ ਕੁਝ ਨਹੀਂ, ਸੱਚਾਈ ਇਹ ਹੈ, ਤੇ ਫਿਰ ਇਸ ਲਈ ਮੈਂ ਕਿਉਂ ਆਖਾਂ ਕਿ ਕੁਝ ਮੈਂ ਵੀ ਕਰ ਸਕਣਾ, ਕਹਿੰਦੇ ਨੇ ਮੈਨੂੰ ਕੀ ਪਤਾ। ਅੱਛਾ ਇੱਥੇ ਵੀ ਲਫ਼ਜ਼ ਕਿਆ ਜਾਣੂ ਵਰਤ ਲਿਆ, ਕਿਉਂਕਿ ਰੱਬ ਨੂੰ ਜਾਣ ਲੈਣਾ, ਉਹ ਜੋ ਕੁਝ ਕਰਦਾ ਉਹਨੂੰ ਪਛਾਣ ਲੈਣਾ, ਇਹ ਵੀ ਇੱਕ ਆਪਣੀ ਥਾਵੇਂ ਆਉਂਦੇ ਹੈ। ਗੁਰੂ ਤਾਂ ਕਹਿੰਦੇ ਨੇ ਮੈਂ ਤੈਨੂੰ ਜਾਣਦਾ ਹੀ ਨਹੀਂ, ਤੂੰ ਕਿਹੜਾ ਮਹਾਨ ਹੈ, ਤੂੰ ਠਾਕਰੋ ਬੈਰਾਗਰੋ, ਮੈਂ ਜਿਹੀ ਘਣਚੇਰੀ ਰਾਮ, ਤੂੰ ਸਾਗਰੋ ਰਤਨਾਗਰੋ, ਮੈਂ ਸਾਰ ਨਾ ਜਾਣਾ ਤੇਰੀ ਦਾਮ। ਆਪਣੇ ਪੈਰਾਸ ਵਿੱਚ ਇੱਕ ਸ਼ਬਦ ਆਇਆ ਸੀ, ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਿਉਂ ਨਾ ਵਡਾਈ, ਜੋ ਤੂੰ ਦੇ ਸੋਕਾ ਸਵਾਮੀ, ਮੈਂ ਮੂਰਖ ਕਹਿ ਨਾ ਜਾਈ, ਤੇਰੇ ਗੁਣ ਗਾਵਾਂ ਦੇ ਬੁਝਾਈ, ਤੇਰੇ ਗੁਣ ਵੀ ਮੈਂ ਉਹ ਹੀ ਗਾ ਸਕਣਾ ਜਿਹੜੀ ਤੂੰ ਆਪ ਰਹਿਮਤ ਕਰਕੇ ਮੈਨੂੰ ਬੁਝਾ ਦੇ, ਕਿਉਂਕਿ ਇੱਥੇ ਵੀ ਹੋਣਾ ਆਵੇ, ਇੱਥੇ ਵੀ ਹੋਣਾ ਆਵੇ। ਹੁਣ ਬਾਬਾ ਕਬੀਰ ਜੀ ਨੇ ਇਸੇ ਲਈ ਅਗਲੀ ਲਾਈਨ ਵਿੱਚ ਕਹਿਣ ਲੱਗੇ, ਮੈਂ ਤਾਂ ਇੰਨਾ ਵੀ ਨਹੀਂ ਜਾਣਦਾ ਤੂੰ ਕਿਸ ਰੂਪ ਵਿੱਚ ਆ ਕੇ ਕੰਮ ਕਰ ਰਿਹਾ, ਸੰਸਾਰ ਨੂੰ ਕਦੋਂ ਤੇ ਕਿਸ ਰੂਪ ਵਿੱਚ ਚਲਾ ਰਿਹਾ। ਕਹਿਣ ਲੱਗੇ ਕਿਆ ਜਾਣਾ, ਕਿਆ ਜਾਣਾ ਕਿਛ ਹਰ ਕੀਆ, ਜੇ ਕੁਝ ਹੋ ਵੀ ਗਿਆ ਹੈ, ਜੇ ਕੁਝ ਹੋ ਵੀ ਰਿਹਾ ਹੈ, ਤੇ ਮੈਂ ਤਾਂ ਇਹ ਵੀ ਨਹੀਂ ਜਾਣਦਾ ਕਿਹਨੇ ਕੀਤਾ ਕਿ ਹਰੀ ਨੇ ਕੀਤਾ, ਐਵੇਂ ਨਾ ਕਬੀਰ ਕਬੀਰ ਦਾ ਹੋਈ ਜਾਂਦਾ। ਇਹਨੂੰ ਕਹਿੰਦੇ ਨੇ ਆਪਣੀ ਹੋਂਦ ਨੂੰ ਮਿਟਾ, ਆਪਾਂ ਭਾਵ ਮਿਟਾ। ਕਹਿੰਦੇ ਨੇ ਮੈਂ ਪ੍ਰਭੂ ਨਾਲ ਇੰਨਾ ਪਿਆਰ ਕਰਨਾ, ਉਹਦੀ ਹੋਂਦ ਨੂੰ, ਉਹਦੀ ਰਹਿਮਤ ਨੂੰ ਇਸ ਤਰ੍ਹਾਂ ਆਪਣੇ ਹਿਰਦੇ ਵਿੱਚ ਥਾਂ ਦਿੰਦਾ ਕਿ ਜੇ ਦੁਨੀਆ ਦਾ ਕੋਈ ਮਨੁੱਖ, ਹੁਣ ਅਗਲੇ ਲਫ਼ਜ਼ ਜਿਹੜੇ ਨੇ ਉਹ ਦੇਖਣੇ ਨੇ, ਕਬੀਰ ਸੁਪਨੇ ਹੂੰ ਬੜਾਏ ਕੈ, ਹੁਣ ਦੇਖ ਇਹਦਾ ਮਤਲਬ ਰਾਮ ਕਹਿਣ ਦਾ ਮਸਲਾ ਨਹੀਂ, ਰਾਮ ਕਹਿਣ ਦਾ ਮਸਲਾ ਨਹੀਂ, ਇਹਦੇ ਨਾਲ ਦੋ ਲਫ਼ਜ਼ ਜੋੜ ਦਿੱਤੇ, ਸੁਪਨਾ ਤੇ ਸੁਪਨੇ ਵਿੱਚ ਬਰੜਾਉਣਾ, ਦੋ ਲਫ਼ਜ਼। ਕਦੀ ਸੁਪਨਾ ਵੀ ਹਰ ਇੱਕ ਨੂੰ ਆਉਂਦਾ, ਬੜੇ ਰੋਜ਼ ਸੁਪਨੇ ਆਉਂਦੇ ਸਨ ਤੁਹਾਨੂੰ ਸਾਰਿਆਂ ਨੇ, ਕਈ ਵਾਰੀ ਸਾਡੇ ਪਸੰਦ ਦਾ ਜਾਂ ਨਾ ਪਸੰਦ ਦਾ ਕੋਈ ਸੁਪਨਾ ਆ ਜਾਏ, ਕੋਈ ਅਜੀਬ ਕਿਸਮ ਦਾ ਸੁਪਨਾ ਆ ਜਾਏ, ਅਸੀਂ ਆਪਣੇ ਮਿੱਤਰਾਂ ਦੋਸਤਾਂ ਜਾਂ ਘਰ ਦੇ ਜੀਆਂ ਨਾਲ ਸਾਂਝਾ ਵੀ ਕਰਨੇ ਆ, ਉਹ ਹੈ ਸੁਪਨਾ। ਤੇ ਇੱਕ ਹੈ ਸੁਪਨੇ ਵਿੱਚ ਬਰੜਾਉਣਾ, ਸੁਪਨੇ ਵਿੱਚ ਬਰੜਾਉਂਦਾ ਮਨ ਖੋਦੋ ਹੈ, ਜਦੋਂ ਕਿਸੇ ਜਾਗਰਤੀ ਵਿੱਚ ਕਿਸੇ ਚੀਜ਼ ਦਾ ਅਫੈਕਟ ਮਨ 'ਤੇ ਪ੍ਰਭਾਵ ਪੈ ਜਾਏ, ਡਰ ਸਹਿਮ ਜਾਏ ਬੱਚਾ, ਕੋਈ ਰਣ ਘਰ ਚਾਪਸ਼ਾ ਹੋ ਜਾਏ, ਸੁਣਦੇ ਬੱਚਿਆਂ ਨੂੰ ਵੀ ਹੁੰਦੇ, ਪਰ ਇਹ ਖਿਆਲ ਕਰਿਓ ਘਰ ਵਿੱਚ ਕੋਈ ਹਾਦਸਾ ਹੋ ਜਾਏ, ਜਾਂ ਤੁਸੀਂ ਬੱਚੇ ਨੂੰ ਇੰਨਾ ਸਖਤੀ ਨਾਲ ਪੇਸ਼ ਆਓ, ਝਿੜਕੋ, ਇਹ ਰੋਜ਼ਾਨਾ ਜੀਵਨ 'ਚ ਦੇਖ ਲਓ, ਝਿੜਕੋ ਸਖਤੀ ਨਾਲ ਪੇਸ਼ ਆਓ, ਉਹ ਇੰਨਾ ਸਹਿਮ ਜਾਏ। ਕਈ ਵਾਰੀ ਤੁਸੀਂ ਦੇਖਦੇ ਹੋ ਬੱਚੇ ਨੂੰ ਮਾਤਾ ਪਿਤਾ ਦੇ ਜ਼ਿਆਦਾ ਧਮਕਾਉਣ ਨਾਲ ਵੀ ਬੁਖਾਰ ਵੀ ਚੜ ਜਾਂਦਾ, ਨਹੀਂ ਤਾਂ ਉਹਦੇ ਮਨ 'ਤੇ ਇੰਨਾ ਅਸਰ ਹੁੰਦਾ। ਕਈ ਵਾਰੀ ਬੱਚਾ ਸੁਪਨੇ ਵਿੱਚ ਉਸ ਸਹਿਮ ਦੇ ਕਾਰਨ ਬਰੜਾਉਂਦਾ, ਉਹ ਗੱਲ ਦੁਹਰਾਉਂਦਾ,
ਜਿਹੜੀ ਗੱਲ ਜਾਗਰਤੀ ਵਿੱਚ ਉਹਦੇ ਅੰਦਰ ਟਿਕ ਜਾਂਦੀ। ਜਿਹੜੀ ਗੱਲ ਜਾਗਰਤੀ ਵਿੱਚ ਅੰਦਰ ਟਿਕ ਜਾਏ, ਅੰਦਰ ਘਰ ਘਰ ਜਾਏ, ਭਾਵੇਂ ਉਹ ਖੁਸ਼ੀ ਹੋਵੇ ਤੇ ਭਾਵੇਂ ਉਹ ਸਹਿਮ ਹੋਵੇ, ਡਰ ਹੋਵੇ, ਜਿਹੜੀ ਜਾਗਰਤੀ ਵਿੱਚ ਅੰਦਰ ਟਿਕ ਜਾਏ, ਥਾਂ ਬਣਾ ਜਾਏ, ਉਹ ਸੁਪਨੇ ਵਿੱਚ ਬਰੜਾਉਣ ਦੇ ਵਿੱਚ ਸ਼ਾਮਲ ਹੁੰਦੀ ਹੈ। ਸੁਪਨੇ ਰੋਜ਼ ਆਉਂਦੇ ਨੇ, ਇੱਥੇ ਲਫ਼ਜ਼ ਕੀ ਨੇ, ਕਹਿਣ ਲੱਗੇ ਮੈਂ ਰਾਮ ਰਾਮ ਕਹਿਣ ਦੀ ਗੱਲ ਨਹੀਂ ਕਰਦਾ, ਰਾਮ ਰਾਮ ਸਭ ਕੋ ਕਹੇ, ਕਹੇ ਰਾਮ ਨਾ ਹੋਏ, ਰਾਮ ਰਾਮ ਕਹਿਣ ਵਾਲੇ ਬੜੇ, ਕਹਿੰਦੇ ਦਿਨ ਰਾਤ ਲੋਕ ਰਾਮ ਰਾਮ ਕਹਿੰਦੇ। ਪਰ ਉਹ ਅਵਸਥਾ ਨਹੀਂ ਆਉਂਦੀ ਕਿ ਸੁਪਨੇ ਵਿੱਚ ਬਰਾਉਣ ਕਿਤੇ ਰਾਮ ਰਾਮ ਕਹਿੰਦੇ। ਇਹਦਾ ਮਤਲਬ ਜਾਗਰਤੀ ਵਿੱਚ ਰਾਮ ਅੰਦਰ ਟਿਕ ਜਾਏ, ਰਾਮ ਦਾ ਅੰਦਰ ਇੰਨਾ ਪ੍ਰਭਾਵ ਪੈ ਜਾਏ, ਯਾਨੀ ਜਾਗਰਤੀ ਅੰਦਰ ਰਾਮ ਦਾ ਅੰਦਰ ਇੰਨਾ ਇਫੈਕਟ ਹੋਵੇ ਕਿ ਜੇ ਸੁਪਨੇ ਵਿੱਚ ਇਹਨੂੰ ਆਵੇ, ਸੁੱਤੇ ਸੁੱਤਾ ਵੀ ਹੋਵੇ, ਤੂੰ ਬਣਾ ਕੇ ਰਾਮ ਆ ਕੇ ਬਣਾਉਣ ਦਾ ਹਰ ਕਹਿਣਾ ਫਸਦਾ, ਕਹਿਣਾ ਹੋਰ ਚੀਜ਼ ਹੈ, ਬਣਾਉਣਾ ਹੋਰ ਚੀਜ਼, ਕਹਿਣਾ ਹੈ ਆਪਣੀ ਮਰਜ਼ੀ ਨਾਲ, ਬਣਾਉਣਾ ਹੈ ਅੰਦਰ ਦੇ ਕਿਸੇ ਪ੍ਰਭਾਵ ਦਾ। ਬੱਚਾ ਵੀ ਬਦਲਾਉਂਦਾ ਹੈ, ਰੋਗੀ ਵੀ ਬਦਲਾਉਂਦਾ ਹੈ। ਅਤੇ ਗੁਰੂ ਕਹਿੰਦੇ ਨੇ ਮੈਂ ਸਮਝਣਾ ਜਿਸ ਮਨੁੱਖ ਦੇ ਸੁਪਨੇ ਵਿੱਚ ਵੀ ਰੱਬ ਯਾਦ ਆਉਂਦਾ ਹੈ ਅਤੇ ਬਣਾਉਂਦਾ ਹੈ, ਜੇ ਸੁਪਨੇ ਵਿੱਚ ਵੀ ਉਹਦੀ ਜ਼ਬਾਨ ਨੂੰ ਕੋਈ ਲਫ਼ਜ਼ ਨਿਕਲਦਾ ਹੈ ਅਤੇ ਉਹ ਆਰਾਮ ਨਿਕਲਦਾ ਹੈ, ਬਣਾਉਣ ਦੀ ਹਾਲਤ ਤੱਕ ਪਹੁੰਚ ਜਾਂਦਾ ਹੈ। ਕਹਿਣ ਲੱਗੇ ਐਸਾ ਪ੍ਰਭੂ ਨਾਲ ਇੱਕ ਮਿੱਕ ਹੋਇਆ, ਪ੍ਰਭੂ ਨੂੰ ਹਿਰਦੇ ਵਿੱਚ ਥਾਂ ਦੇਣ ਵਾਲਾ ਮਨੁੱਖ ਜਿਹੜਾ ਹੁਣ ਅਗਲੇ ਪਾਸੇ ਇੱਕ ਸੰਕਲਪ ਕਰਿਆ ਹੈ, ਉਹ ਸਮਝਣੀ ਹੈ। ਕਹਿਣ ਲੱਗੀ ਇਹੋ ਜਿਹਾ ਮਹਾਨ ਪੁਰਸ਼ ਮੈਨੂੰ ਇੰਨਾ ਚੰਗਾ ਲੱਗਦਾ ਹੈ ਕਿ ਮੇਰੇ ਤਨ ਦੀ ਦੇਹ ਦੀ ਜਿਹੜੀ ਚਮੜੀ ਹੈ, ਜੇ ਕਦੀ ਉਹਦੀ ਜੁੱਤੀ ਬਣ ਸਕੇ ਤੇ ਮੈਂ ਉਹ ਜੋੜਾ ਉਹਨੂੰ ਪਹਿਨਾ ਦਿਆਂ। ਦੇਖੋ ਇਹ ਗੱਲ ਅਣਹੋਣੀ ਹੈ, ਤਨ ਦੇ ਸਰੀਰ ਦੀ ਚਮੜੀ ਵੱਖਰੀ ਕੀਤੀ ਜਾਏ ਕਿਸੇ ਮਨੁੱਖ ਦੀ ਤੇ ਉਹਨੂੰ ਮਿੱਟੀ ਬਣੇ ਤੇ ਦੂਜੇ ਨੂੰ ਪੁਆਈ ਜਾਏ, ਇਹ ਗੱਲ ਪ੍ਰੈਕਟੀਕਲੀ ਨਹੀਂ ਪਰ ਹੈ। ਇਹਨੂੰ ਕਹਿੰਦੇ ਨੇ ਸੰਕਲਪ ਕਿਰਿਆ, ਅੰਦਰ ਦੀ ਅਵਸਥਾ ਦਾ ਪ੍ਰਗਟਾਵਾ। ਜਿਵੇਂ ਮਾਂ ਪੁੱਤਰ ਨੂੰ ਆਖ ਦਿੰਦੀ ਹੈ ਮੈਂ ਤੇਰੇ ਤੋਂ ਜਾਨ ਮਾਰ ਦੇ, ਅੰਦਰ ਦੀ ਅਵਸਥਾ ਦਾ ਪ੍ਰਗਟਾਵਾ। ਇੱਥੇ ਵੀ ਅੰਦਰ ਦੀ ਅਵਸਥਾ ਦਾ ਪ੍ਰਗਟਾਵਾ, ਇੱਕ ਥਾਂ ਤੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਥਾਂ ਤੇ ਇੱਕ ਸ਼ਬਦ ਹੈ ਜਿਹਦੇ ਚ ਸਤਿਗੁਰੂ ਕਹਿੰਦੇ ਨੇ ਤੈ ਸਾਹਿਬ ਕੀ ਬਾਤ ਜੇ ਆਖੇ, ਸਾਹਿਬ ਕੀ ਬਾਤ ਜੇ ਆਖੇ ਕੌ ਨਾਨਕ ਕਿਆ ਦੀਜੈ। ਕਹਿਣ ਲੱਗੇ ਮੇਰੇ ਮਾਲਕ ਦੀ ਕੋਈ ਗੱਲ ਮੈਨੂੰ ਸੁਣਾਵੇ, ਇਹ ਹੈ ਨਾ ਅੰਦਰ ਦੀ ਅਵਸਥਾ, ਸੰਕਲਪ ਕਰਿਆ, ਪ੍ਰੈਕਟੀਕਲ ਦਾ ਮਸਲਾ ਨਹੀਂ, ਅੰਦਰ ਦੀ ਅਵਸਥਾ ਕੀ ਕਹਿੰਦੀ ਹੈ। ਕਹਿੰਦੇ ਨੇ ਮੈਨੂੰ ਕੋਈ ਮੇਰੇ ਮਾਲਕ ਦੀ ਗੱਲ ਸੁਣਾਵੇ, ਮੈਂ ਉਹਦੀ ਭੇਟ ਕੀ ਕਰਾਂ, ਮੇਰੇ ਰੱਬ ਦੀ ਮੈਨੂੰ ਕੋਈ, ਮੇਰੇ ਮਾਲਕ ਦੀ ਮੈਨੂੰ ਕੋਈ ਗੱਲ ਸੁਣਾਵੇ, ਮੈਂ ਉਹਦੀ ਭੇਟ ਕੀ ਕਰਾਂ। ਹੁਣ ਅਗਲੀ ਲਾਈਨ ਪੜ੍ਹੇ, ਉੱਥੇ ਵੀ ਸੰਕਲਪ ਕਰਿਆ, ਕਹਿੰਦੇ ਨੇ ਕਰਾਂ ਕੀ, ਸੀਸ ਵੱਡੇ ਕਰ ਬੈਸਣ ਦੀਜੇ, ਮੈਂ ਸਿਰ ਵੱਢ ਕੇ ਇੱਕ ਮੂਹੜਾ ਬਣਾ ਦਿਆਂ, ਉਹਦੇ ਬੈਠਣ ਲਈ ਆਸਣ ਬਣਾ ਦਿਆਂ। ਪ੍ਰੈਕਟੀਕਲੀ ਤਾਂ ਨਹੀਂ ਮੈਂ ਦਿੰਦਾ, ਇਹ ਹੈ ਅੰਦਰ ਦੀ ਅਵਸਥਾ ਦਾ ਸੰਕਲਪ, ਪਿਆਰ ਦੀ ਬਹੁਲਤਾ, ਪ੍ਰਗਟਾਵਾ। ਕਹਿਣ ਲੱਗੇ ਮੇਰੇ ਮਾਲਕ ਦੀ ਮੈਨੂੰ ਕੋਈ ਗੱਲ ਸੁਣਾਵੇ, ਮੈਂ ਆਪਣਾ ਸਿਰ ਵੰਢ ਕੇ ਮੂਹੜਾ ਬਣਾ ਲਿਆ, ਉਹਦੇ 'ਤੇ ਬਿਠਾਵਾਂ, ਅਤੇ ਬਿਨਾਂ ਸਿਰ ਤੋਂ, ਮੂਹੜਾ ਤਾਂ ਸਿਰ ਦਾ ਬਣ ਗਿਆ, ਬਿਨਾਂ ਸਿਰ ਤੋਂ ਮੈਂ ਉਹਦੀ ਸੇਵਾ ਕਰੀ ਜਾਵਾਂ ਹੱਥਾਂ ਨਾਲ। ਇਹ ਗੱਲ ਕੰਸੈਪਟ ਕੀ ਹੈ, ਕੇਵਲ ਕੇਵਲ ਸੰਕਲਪ ਹੈ, ਉਹ ਸੰਕਲਪ ਕੀ ਹੈ, ਅੰਦਰ ਦੀ ਪਿਆਰ ਦੀ
प्रगटावे कल्पना। इहो ही गल इत्थे इहो ही ढंग इत्थे बाबा कबीर जी ने वरते है। कहिंदे ने मेरे मालिक दा किसी दे अंदर हिरदे विच टिकाणा बन जाए ते ओह बरड़ा के भी बोले रात नूं सुपने विच ते राम आके कहिण लगे इहो जिहा रब नाल जुड़िया होया मनुख रब नाल एकमित होया होया मनुख जे मेरे तन दे चमड़े दी जुत्ती छुआ के पार होए मैं सफल हो जाऊंगा। बाबा कबीर कहिंदे चमड़ी तो बने किस रूप विच कम कर रहा है। जे मैं आखा मैं जानना मेरी थां ते कम कर रहा है तो इसका मतलब मैं उन्हें नौकर बना लिया है। कह लगे मैनू नहीं पता ऐवें लोग करें कुली कर जाते हैं। कबीर तो कुछ भी नहीं करन जोगा करनहार है वो मालिक। पता नहीं किस रूप विच किस टाइम ते किस कि गल चंकी लगती है तो वह कर जाता है। मेरा कम तो है उनके हुक्म तो उसके जो कुछ करे उनकी रजा विच राजी रहना। इन्हों शब्दों का उन्होंने जा चुका। वाहेगुरु जी का खालसा।